सत श्री अकाल जी सारे नूं, मैं परमजीत कोई फिर तुहानूं हाजर हाँ। अज मैं जिस गायक बारे, जिस कलाकार बारे, जिस तुहाडे सुपरस्टार बारे गलबात करनी है, उन्हां बारे मैं कदे भी गल नहीं कीती और शायद मैं करनी चाहुंदा भी नहीं सी। नो डाउट जे कलाकार दे तौर ते उन्हां लईए ते सुपर डुपर हिट कलाकार, इहदे विच कोई दो राय नहीं। मेरे बच्चे भी सुनते ने उन्हां नूं, मैं भी गायक गायक सुनदा रहिंदा और बहुत सोहणे सोहणे गाणे दित्ते ने, परिवारिक गीत दित्ते ने, इहदे विच भी कोई दो राय नहीं। और उन्हां नूं तुसीं प्यार नाल उस्ताद जी भी कहते हो। गल जिहड़ी मैं अज करनी होई आ कि जो तुसीं होका दिंदे हो अपने गाणे दे विच, तुसीं आप किन्ना कुछ चीज़ नाल खड़दे हो। मैं थोड़ा साइड ते हो जाना क्योंकि तुहानूं फोटोआं दिखाउणियां ने। इधर आप फोटोआं देखते रहो। एक कलाकार ने यह भी कहा कि चढ़ती जवानी नूं गुलाम ना तू कर, डेरियां दे विच नीलाम ना तू कर। सो ये गल्लां भी कहीआं ने। और वो गाणा जिहड़ा एक बाबा नानक सी जिन्हें तुर के दुनिया गाती, एक अजकल बाबे ने बत्ती लाल गड्डी नूं लाती। ते अज देखो उन्हां बाबिआं दे नाल बैठे ने, खाने हो रहे ने। ते फिर तुसीं गल करदे क्यों आ? जे तुसीं आप गल कीती सी बाबिआं दे खिलाफ, एड्डी दूर तक उह गल कही सी, नो डाउट उस गीत ने अवेयरनैस बढ़ी जांदी सी। इह साडी बदकिस्मती है कि असीं उस अवेयरनैस नूं लईए थोड़ा कु चिरिया बाद फिर भुल जांदे आ। तुहाडे उस गीत दा मैं वी फैन सी, पूरी दुनिया फैन सी, पर अज सच्ची मान साहब ਤੁਹਾਡਾ ਇਹ ਫੋਟੋਆਂ ਦੇਖ ਕੇ ਬੜੇ ਦੁੱਖ ਹੈ। ਹੁਣ ਤੁਸੀਂ ਕਹੋਗੇ ਕਿ ਜੇ ਅਚਾਨਕ ਕੋਈ ਮਿਲ ਗਿਆ ਸੀਗਾ ਤੇ ਫਿਰ ਕਿਸੇ ਅੱਜ ਬਹਿ ਕੇ ਨਾਲ ਖਾਣਾ ਖਾ ਲਿਆ। ਨਹੀਂ, ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ। ਜੇ ਤੁਸੀਂ ਉਹ ਗੱਲਾਂ ਕੀਤੀਆਂ ਹੋਈਆਂ ਨੇ ਗਾਣ ਦੇ ਵਿੱਚ, ਮੈਸੇਜ ਦਿੱਤੇ ਹੋਏ ਨੇ, ਤੇ ਉੱਥੇ ਤੁਹਾਨੂੰ ਖੜਨਾ ਚਾਹੀਦਾ ਸੀਗਾ। ਤੁਹਾਨੂੰ ਇਹਨਾਂ ਦੇ ਐਟਲੀਸਟ ਜੇ ਤੁਸੀਂ ਬੈਠੇ ਵੀ ਸੀਗੇ ਤੇ ਫੋਟੋਆਂ ਤਾਂ ਐਟਲੀਸਟ ਨਾ ਕਰਦੇ। ਤੁਹਾਨੂੰ ਪਤਾ ਕਿ ਲੋਕਾਂ ਨੇ ਤੁਹਾਨੂੰ ਸਵਾਲ ਕਰਨੇ ਨੇ ਇਸ ਚੀਜ਼ 'ਤੇ ਔਰ ਕਰ ਵੀ ਰਹੇ ਨੇ। ਅੱਜ ਮੈਂ ਵੀਡੀਓ ਦੇਖੀ ਆ, ਕਾਫੀ ਲੋਕਾਂ ਨੇ ਫੋਟੋ ਲਾ ਕੇ ਤੇ ਵੀਡੀਓ ਬਣਾ ਬਣਾ ਪਾਈਆਂ ਨੇ, ਤੇ ਤੁਸੀਂ ਸਾਈਟ ਤੇ ਦੇਖ ਵੀ ਰਹੇ ਹੋ ਵੀਡੀਓ ਨੂੰ। ਔਰ ਇਹੋ ਜਿਹੇ ਕਈ ਵੀਡੀਓ ਕਮੈਂਟਸ ਵੀ ਬੜੇ ਨੇ, ਇਹੋ ਜਿਹੇ ਕੀ ਦੇਖ ਲਓ ਹੁਣ ਦੱਸੋ। ਬਹੁਤ ਤੁਹਾਡੇ ਅਗੇਂਸਟ ਕਮੈਂਟ ਨੇ ਔਰ ਮੈਨੂੰ ਵੀ ਨਾ ਚਾਹੁੰਦੇ ਹੋ ਅੱਜ ਵੀਡੀਓ। ਪਹਿਲੀ ਵਾਰੀ ਮੈਂ ਬੱਬੂ ਮਾਨ ਸਾਹਿਬ ਤੇ ਬੋਲ ਰਿਹਾ ਔਰ ਮੈਨੂੰ ਦੁੱਖ ਹੋਇਆ ਵੀ ਫੋਟੋਆਂ ਦੇਖ ਕੇ ਵੀ ਜੇ ਤੁਸੀਂ ਗੱਲਾਂ ਜਿਹੜੀਆਂ ਕਹੀਆਂ ਹੋਈਆਂ ਨੇ ਉਹਨਾਂ 'ਤੇ ਪਹਿਰਾ ਜ਼ਰੂਰ ਦਿਓ। ਤੁਹਾਨੂੰ ਜੇ ਅਚਾਨਕ ਮਿਲ ਵੀ ਗਏ ਕੋਈ ਦੋ ਦੇ ਵਿੱਚ, ਚਾਹੇ ਤੁਸੀਂ ਪਹਿਲਾਂ ਬੈਠੇ ਹੋਵੋਗੇ ਜਾਂ ਉਹ ਪਹਿਲਾਂ ਬੈਠੇ ਹੋਵੋਗੇ, ਚਲੋ ਅਚਾਨਕ ਮਿਲ ਗਏ, ਪਰ ਆਪਣੀ ਤੁਸੀਂ ਇਹ ਸੋਚੋ ਵੀ ਮੈਂ ਕਿਹਾ ਕੀ ਹੋਇਆ। ਇਹੀ ਤੇ ਬਾਬੇ ਨੇ, ਇਹੀ ਤੇ ਬਾਬਾ, ਇੱਕੋ ਇੱਕ ਮੈਂ ਉਸ ਬੰਦਾ ਜਿਹੜਾ ਇਸ ਬਾਬੇ ਦੇ ਖਿਲਾਫ ਬੋਲਿਆ ਸੀਗਾ। ਇੱਕ ਵਾਰੀ ਨਹੀਂ, ਦੋ ਤਿੰਨ ਚਾਰ ਵਾਰੀ, ਕਿਉਂਕਿ ਇਹ ਸਭ ਡਰਾਮੇ ਨੇ। ਸੂਤ ਆਇਆ ਹੋਇਆ, ਮੈਂ ਕਹਿੰਦਾ ਹੋਣਾ ਬਾਬੇ ਦਾ ਬਹੁਤਾ ਹੀ ਸੂਤ ਆਇਆ ਹੋਇਆ, ਕਮਾਲ ਦਾ ਸੂਤ ਆਇਆ ਹੋਇਆ ਯਾਰ। ਮੈਂ ਤਾਂ ਇਹਨਾਂ ਨੂੰ ਦੇਖ ਦੇਖ ਕੇ, ਬਾਬੇ ਰੋਜ਼ 10-15 ਬਾਬੇ ਪੈਦਾ ਹੁੰਦੇ ਨੇ ਕਿ ਯਾਰ ਇਹ ਤਾਂ ਨਜ਼ਾਰੇ ਕੰਮ ਹੀ ਬੜਾ ਨਜ਼ਾਰੇਦਾਰ ਆ। ਨਾਲੇ ਲੋਕ ਲੱਤਾਂ ਘੁੱਟਦੇ, ਨਾਲੇ ਲੋਕ ਪੈਸੇ ਦਿੰਦੇ, ਨਾਲੇ ਲੋਕ ਮਹਿੰਗੇ ਮਹਿੰਗੇ ਗਿਫਟ ਦਿੰਦੇ ਆ, ਅਤੇ ਨਾਲੇ ਹੋਰ ਕਈ ਚੀਜ਼ਾਂ ਮੈਂ ਕਹਿਣੀਆਂ ਨਹੀਂ ਚਾਹੁੰਦਾ। ਤੁਹਾਨੂੰ ਪਤਾ 2017 'ਚ ਕੀ ਹੋਇਆ ਸੀਗਾ, ਉਹ ਵੀਡੀਓ ਬਹੁਤ ਵਾਇਰਲ ਹੋਈ ਸੀ, ਮੇਰੇ ਕੋਲ ਅਜੇ ਵੀ ਪਈ ਹੈ। ਪਰ ਅਸੀਂ ਸਿੱਖਦੇ ਕੀ ਹਾਂ? ਕਿਉਂਕਿ ਤੁਸੀਂ ਮਾਨ ਸਾਹਿਬ ਬਹੁਤ ਵੱਡੇ ਕਲਾਕਾਰ ਹੋ, ਬਹੁਤ ਸੁਪਰ ਸਟਾਰ ਕਲਾਕਾਰ ਹੋ, ਪੂਰੀ ਦੁਨੀਆ ਤੁਹਾਡੇ ਕੰਮ ਦੀ ਕਾਇਨਾ। ਐਟਲੀਸਟ ਤੁਹਾਨੂੰ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਨਾ। ਜੇ ਤੁਸੀਂ ਇਹ ਗਾਣਿਆਂ ਵਿੱਚ ਗੱਲਾਂ ਨਾ ਕੀਤੀਆਂ ਹੁਣ, ਤੁਹਾਡਾ ਹੁਣੇ ਗਾਣਾ ਆਇਆ ਸੀ ਦਿਲੋਂ, ਚੜ੍ਹਦੀ ਜਵਾਨੀ ਨੂੰ ਗੁਲਾਮ ਨਾ ਤੂੰ ਕਰ, ਡੇਰਿਆਂ 'ਚ ਆਪਣੇ ਆਪ ਨੂੰ ਕੁਛ ਗੁਲਾਮ ਕਰਕੇ, ਸਮਥਿੰਗ ਕੁਛ ਇਹੋ ਜਿਹਾ ਗਾਣਾ ਹੈਗਾ, ਮੈਨੂੰ ਲਾਈਨਾਂ ਪ੍ਰੋਪਰ ਜਾਣੀ, ਪਰ ਅੱਜ ਇਸੇ ਵੀਡੀਓ ਪਿੱਛੇ ਲਾਇਆ ਹੋਇਆ ਕਿਸੇ ਨੇ ਗਾਣਾ ਇਹ। ਫਿਰ ਜੇ ਗੱਲਾਂ ਕੀਤੀਆਂ ਨੇ, ਤੁਹਾਡਾ ਗੱਲਾਂ 'ਤੇ ਖੜਨਾ ਚਾਹੀਦਾ, ਕਿਉਂਕਿ ਤੁਹਾਡੀ ਜਿਹੜੀ ਆਵਾਜ਼, ਤੁਹਾਡੀ ਜਿਹੜੀ ਗੱਲ ਕੀਤੀ ਹੋਈ ਉਹ ਪੂਰੀ ਦੁਨੀਆ ਨੂੰ ਫੋਲੋ ਕਰਦੀ ਹੈ। ਅਤੇ ਉਹੀ ਅੱਜ ਗੱਲਾਂ ਕਰਦੇ ਨੇ ਕਿ ਦੇਖੋ ਜਿਹੜੇ ਉਸ ਬਾਬੇ ਦੇ ਪੈਰੋਕਾਰ ਨੇ ਨਾ, ਜਿਹੜੇ ਅੰਨੇ ਜਿਹੜੇ ਚੇਲੇ ਬਣੇ ਹੋਏ ਨੇ, ਜਿਹੜੇ ਅੰਧ ਵਿਸ਼ਵਾਸੀ, ਉਹ ਅੱਜ ਕਹਿ ਰਹੇ ਨੇ, ਉਹ ਮਾਣ ਨਾਲ ਫੋਟੋਆਂ ਪਾ ਰਹੇ ਨੇ ਤੁਹਾਡੀਆਂ। ਦੇਖੋ ਜੀ, ਬੱਬੂ ਮਾਣ ਵੀ ਚੇਲਾ ਬਾਬੇ ਦਾ ਬਣ ਗਿਆ, ਬੱਬੂ ਮਾਣ ਵੀ ਸਾਧ ਦੇ ਡੇਰੇ ਆ ਕੇ ਬੈਠਣ ਲੱਗ ਪਿਆ। ਇਹੀ ਗੱਲਾਂ ਸੁਣਨੀਆਂ ਚਾਹੁੰਦੇ ਤੁਸੀਂ ਬਾਬੇ ਨਾਨਕ ਦੀ ਗੱਲ ਕਰਨ ਤੋਂ ਬਾਅਦ? ਜੇ ਇਹੀ ਗੱਲਾਂ ਸੁਣਨੀਆਂ ਤਾਂ ਮੈਨੂੰ ਕੋਈ ਇਤਰਾਜ਼ ਨਹੀਂ, ਤੁਸੀਂ ਰੋਜ਼ ਉਸ ਡੇਰੇ 'ਤੇ ਜਾਓ ਜਾਂ ਹੋਰਾਂ ਡੇਰਿਆਂ 'ਤੇ ਜਾਓ, ਰੋਜ਼ ਫੋਟੋਆਂ ਕਰੋ, ਰੋਜ਼ ਖਾਣੇ ਖਾਓ, ਮੇਰਾ ਉਹਦਾ ਕੋਈ ਸਰੋਕਾਰ ਨਹੀਂ ਆ, ਪਰ ਆਪਣੀ ਗੱਲ 'ਤੇ ਟਿਕਣਾ ਚਾਹੀਦਾ। ਹੁਣ ਮੈਂ ਇੰਨੀਆਂ ਗੱਲਾਂ ਕਰਦਾ ਹਾਂ, ਬਾਬਿਆਂ ਬਾਰੇ ਮੈਂ ਬਹੁਤ ਬੋਲਿਆ, ਹੁਣ ਕੱਲ੍ਹ ਨੂੰ ਮੈਂ ਹੀ ਇਹਨਾਂ ਬਾਬਿਆਂ ਦੇ ਡੇਰੇ 'ਤੇ ਜਾ ਕੇ ਬੈਠਾ ਹੋਵਾਂ ਅਤੇ ਮੇਰੇ ਵਾਸਤੇ ਦੁਰਲਾਂਤ ਆ ਨਾ। ਮੈਂ ਇੱਕੋ ਇੱਕ ਡੇਰੇ ਜਾਣਾ, ਔਰ ਜਿੱਦਣ ਇਹ ਮੇਰਾ ਤੁਹਾਨੂੰ ਵਾਅਦਾ ਹੈ, ਜਿੱਦਣ ਮੈਨੂੰ ਕਦੇ ਲੱਗਿਆ ਕਿ ਉੱਥੇ ਕੁਛ ਇਹੋ ਜਿਹਾ ਹੋ ਰਿਹਾ ਜਿਹੜਾ ਨਹੀਂ ਹੋਣਾ ਚਾਹੀਦਾ, ਅਤੇ ਮੈਂ ਉਹਦੇ 'ਤੇ ਵੀ ਗੱਲ ਕਰਾਂਗਾ। ਉਹ ਕਿਹੜਾ ਡੇਰਾ ਤੁਸੀਂ ਬਹੁਤ ਸਾਰੇ ਲੋਕ ਜਾਣਦੇ ਨੇ, ਫਿਲਹਾਲ ਉੱਥੇ ਬਹੁਤ ਕਮਾਲ ਦਾ ਸਿਸਟਮ ਆ, ਬਹੁਤ ਹੀ ਕਮਾਲ ਦਾ। ਉੱਥੇ ਕੋਈ ਪਖੰਡ ਨਹੀਂ ਹੁੰਦਾ, ਕੋਈ ਸਿਰ ਨਹੀਂ ਘੁਮਾਉਂਦਾ, ਕੋਈ ਦਸੰਗਰ ਨਹੀਂ ਮਾਰਦਾ, ਅਤੇ ਕੋਈ ਉੱਥੇ ਹੱਥ ਨੂੰ ਮੱਥੇ ਨੂੰ ਹੱਥ ਲਾ ਕੇ ਟੱਪਦਾ ਨਹੀਂ, ਛਾਲਾ ਨਹੀਂ ਮਾਰਦਾ। ਸੋਹਣੇ ਤਰੀਕੇ ਨਾਲ ਜਿਵੇਂ ਗੁਰਦੁਆਰਾ ਸਾਹਿਬ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਬੈਠ ਕੇ ਸਤਸੰਗ ਨੂੰ, ਕੀਰਤਨ ਨੂੰ ਸੁਣਿਆ ਜਾਂਦਾ, ਇਸੇ ਤਰ੍ਹਾਂ ਉੱਥੇ ਸੁਣਿਆ ਜਾਂਦਾ। ਜੇ ਕਦੇ ਮੈਨੂੰ ਇਨ ਫਿਊਚਰ ਲੱਗੇ ਕਿ ਉੱਥੇ ਡਰਾਮਾ ਹੁੰਦਾ, ਤਾਂ ਮੈਂ ਸਭ ਤੋਂ ਪਹਿਲਾਂ ਮੈਂ ਪਰੇ ਹੋ ਜਾਂਦਾ, ਪਰ ਫਿਲਹਾਲ ਸ਼ਰੇਆਮ ਮੈਂ ਜਾਂਦਾ ਉੱਥੇ। ਮੈਂ ਸ਼ਰੇਆਮ ਜਾਂਦਾ, ਤੁਹਾਨੂੰ ਪਤਾ ਕਿਹੜੇ ਡੇਰੇ ਦੀ ਗੱਲ ਕਰ ਰਿਹਾ।
पर गल ये आ कि आह मेरे ड्रामे है ना पूरी दुनिया में देखते हैं ड्रामे जो इन्होंने चीजों हम थोड़िया इन्होंने फोटो के नाल डेरा प्रमोट हो रहा क्योंकि तुसी बब्बू मान हो तुसी बब्बू मान हो और थोड़ी कही गल थोड़ी वीडियो तो थोड़ी फोटो का असर लोगों ने होंगे और होया इस चीज़ का असर उन्होंने जो पैरोकार ने बाबे ने आप ही सारा कुछ बाबा करवा यह सारा आई टी सैल उन्होंने या आप नहीं कख भी करते हजारा ही पेज बनाए हुए हैं तो उन्होंने पेजा के पा पा के फोटो अच्छ पूरा दिन मेरे को पहुंचे ने मान साहब आप मिले भी हुए हैं आप इतने तुम्हें याद होगा बोर्ड ग्रुप से इकट्ठा ने गाया भी होर भी आप दो चार जगह मिले हुए हैं तुम्हें याद हो ना हो कोई गल नहीं पर देखो मैं थोड़े मेरी कोई परसनल रंजिश नहीं है ना मैं थोड़े ना कोई मेरा कॉम्पीटिशन है मैं सिंगर है ही नहीं ना पर यह गल मैं जरूर कहांगा तुम्हें शायद गल कि लगी है मैं नहीं पता पर कहांगा मैं जरूर कि यह टोटली गलत है मैं ये हक में नहीं कह चलो कि कोई नहीं फोटो हो गई क्योंकि थोड़ी कही गल पूरी दुनिया में जाती है तो उस्ताद जी भी कहते हैं वो मैं गल नहीं करनी चाहता पर थोड़ी कई गल पूरी दुनिया फॉलो करती है सो रब का वास्ता योजे आ जे तुम बाबे नानक की गल ना की होंगी ना कि एक बाबा नानक से जिन्हें तुरके दुनिया गाती एक अजकल बाबे ने यही बाबे ने अजकल बाबे ने बत्ती लाल गड्डी ते लाती हूँ गड्डिया के बत्तियां बंद करती ना सरकार ने ता देना की गड्डी ते है नहीं तो यही गड्डी ते बहुत बत्तियां होनी सी जो जे हालात किए पेने सो बहुत बहुत शुक्रिया थैंक यू वेरी मच वाहेगुरू जी का खालसा वाहेगुरू जी की फतेह।